ਮਾਲਕਾ DI 750 ਇੰਟਰਨੈਸ਼ਨਲ 2009 ਮਾਡਲ ਆ। 2,85,000 ਰੁਪਇਆ ਡਿਮਾਂਡ ਰੱਖੀ ਗਈ ਹੈ। ਸਟੈਂਡਰਡ DI 450 ਇਹ ਆ ਗਿਆ ਬਾਈ ਜੀ। 2006 ਮਾਡਲ ਆ। 2,65,000 ਰੁਪਇਆ ਡਿਮਾਂਡ ਆ। ਡਬਲ ਟਰੈਕ 60-55। 2014 ਮਾਡਲ ਆ। 4,75,000 ਰੁਪਇਆ ਡਿਮਾਂਡ ਆ। ਪ੍ਰੈਸ਼ਰ ਕਟਾਈ 'ਚ ਆਇਆ ਬਾਈ। ਸਕਰੀਨ ਉੱਪਰ ਨੰਬਰ ਚੱਲ ਰਿਹਾ ਬਾਈ ਜੀ। ਟਰੈਕਟਰਾਂ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨੂੰ ਕੰਟੈਕਟ ਕਰ ਲਿਓ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ। ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ। ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆਪਾਂ ਕਹਿਣ ਕਹਿਣ ਕੰਡੀਸ਼ਨ ਟਰੈਕਟਰ ਤੇ ਉਹਨਾਂ ਦੇ ਰੇਟ ਵਗੈਰਾ ਦੱਸਾਂਗੇ। ਤੇ ਵੀਡੀਓ ਦੇ ਉੱਪਰ ਨੰਬਰ ਚੱਲੂਗਾ ਬਾਈ ਜੀ। ਜੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਈ ਤਾਂ ਕੰਟੈਕਟ ਕਰ ਲਿਓ। ਆਪਾਂ ਸਟਾਰਟ ਕਰਦੇ ਹਾਂ ਬਾਈ ਜੀ ਫਾਰਮਟ੍ਰੈਕ 60 ਤੋਂ। ਫਾਰਮਟ੍ਰੈਕ 60 2002 ਮਾਡਲ ਆ। 1,85,000 ਰੁਪਇਆ ਰੇਟ ਆ। ਅਤੇ ਟਾਇਰਾਂ ਦੀ ਜੇ ਗੱਲ ਕਰੀਏ, ਬਾਇਕ ਵਾਲੇ ਟਾਇਰ ਹੈਗੇ ਜੀ 40-45 ਪੈਸੇ, ਫਰੰਟ ਵਾਲੇ ਵੀ ਹੈਗੇ ਜੀ 40-45 ਪੈਸੇ ਦੇ ਕਰੀਬ। ਇਹ ਰੰਗ ਪੇਟ ਦਾ ਓਰਿਜਨਲ ਆ ਬਾਈ ਜੀ। ਅਤੇ ਅੱਗੇ ਆ ਗਿਆ ਜੀ ਸੋਨਾਲਿਕਾ DI 750 ਇੰਟਰਨੈਸ਼ਨਲ 2009 ਮਾਡਲ ਆ। 2,85,000 ਰੁਪਇਆ ਡਿਮਾਂਡ ਰੱਖੀ ਗਈ ਆ। ਅਤੇ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਬਾਈ ਜੀ, ਬਾਇਕ ਵਾਲੇ ਟਾਇਰ ਹੈਗੇ ਗੁਡੀਅਰ ਦੇ ਜੀ। ਅਤੇ ਇਹ ਪਏ ਆ ਬਾਈ ਜੀ 60-65 ਪੈਸੇ ਦੇ ਕਰੀਬ। ਟਾਇਰਾਂ ਦੀ ਕੰਡੀਸ਼ਨ ਹੈਗੀ ਆ ਬਾਇਕ ਵਾਲਿਆਂ ਦੀ। ਅਤੇ ਰੰਗ ਪੇਂਟ ਦਾ ਓਰਿਜਨਲ ਆ, ਮਗਰਾਟ ਦੇਖ ਸਕਦੇ ਹੋ ਤੁਸੀਂ। ਓਕੇ ਰਿਪੋਰਟਾਂ 'ਚ ਪਏ ਆ ਬਾਈ ਜੀ। ਅਤੇ ਫਰੰਟ ਵਾਲੇ ਟਾਇਰਾਂ ਦੀ ਗੱਲ ਕਰੀਏ, ਜੇ ਫਰੰਟ ਵਾਲੇ ਟਾਇਰ ਪਏ ਆ ਜੀ 65-70 ਪੈਸੇ। ਅਤੇ ਡਿਮਾਂਡ ਦੀ ਗੱਲ ਕਰੀਏ, 2,85,000 ਰੁਪਇਆ ਡਿਮਾਂਡ ਆ। 9 ਮਾਡਲ ਆ। ਅੱਗੇ ਆ ਗਿਆ ਜੀ ਸਵਰਾਜ 735 ਹਰਿਆਣਾ ਨੰਬਰ ਆ। 2000 ਪੂਰਾ ਮਾਡਲ ਆ। 1,60,000 ਡਿਮਾਂਡ ਆ। ਅਤੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਪਿਆ ਜੀ 45-50 ਪੈਸੇ ਦੇ ਕਰੀਬ, ਜੇ ਕੇ ਦੇ ਟਾਇਰ ਆ ਜੀ। ਫਰੰਟ ਵਾਲੇ ਟਾਇਰਾਂ ਦੀ ਗੱਲ ਕਰੀਏ ਤਾਂ ਫਰੰਟ ਵਾਲੇ ਟਾਇਰ ਹੈਗੇ ਬਾਈ ਜੀ 80-90 ਪੈਸੇ ਦੇ ਕਰੀਬ। 1,60,000 ਰੁਪਇਆ ਡਿਮਾਂਡ ਆ। ਅੱਗੇ ਆ ਗਿਆ ਸਟੈਂਡਰਡ DI 450। ਇਹ ਆ ਗਿਆ ਬਾਈ ਜੀ 2006 ਮਾਡਲ ਆ। 2,65,000 ਰੁਪਇਆ ਡਿਮਾਂਡ ਆ। ਡਬਲ ਕਲੱਚ ਆ, ਪੰਜਾਬ ਨੰਬਰ ਆ। ਟਾਇਰਾਂ ਦੀ ਜੇ ਗੱਲ ਕਰੀਏ, ਫਰੰਟ ਵਾਲੇ ਟਾਇਰ ਪਏ ਆ ਬਾਈ ਜੀ 70 ਪੈਸੇ ਦੇ ਕਰੀਬ। ਬਾਇਕ ਵਾਲੇ ਟਾਇਰ ਪਏ ਆ ਬਾਈ ਜੀ 50-60 ਪੈਸੇ ਦੇ ਕਰੀਬ। ਪੋਲੋ ਦੇ ਟਾਇਰ ਡਬਲ ਕਲੱਚ 'ਚ ਆ ਗਿਆ, ਪੰਜਾਬ ਨੰਬਰ ਆ। 2,65,000 ਡਿਮਾਂਡ ਆ। ਅੱਗੇ ਆ ਗਿਆ ਜੀ ਸੋਨਾਲਿਕਾ DI 750। 9 ਮਾਡਲ ਆ। 3,45,000 ਰੁਪਇਆ ਡਿਮਾਂਡ ਆ। ਹਰਿਆਣਾ ਨੰਬਰ ਆ। ਫਰੰਟ ਵਾਲੇ ਟਾਇਰ ਪਏ ਬਾਈ ਜੀ 80-85 ਪੈਸੇ। ਬਾਇਕ ਵਾਲੇ ਵੀ ਪਏ 80-85 ਪੈਸੇ। ਅਤੇ 3,45,000 ਡਿਮਾਂਡ ਆ। ਅੱਗੇ ਆ ਗਿਆ ਜੀ ਫਾਰਮਟ੍ਰੈਕ 60 2004 ਮਾਡਲ ਆ। 2,75,000 ਰੁਪਇਆ ਡਿਮਾਂਡ ਆ। ਡਬਲ ਕਲੱਚ ਆ, ਪੰਜਾਬ ਨੰਬਰ ਆ। ਅਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ, ਟਾਇਰ ਪਏ ਜੀ 60-65 ਪੈਸੇ ਦੇ ਕਰੀਬ। 13-6-28 ਵਾਲੇ ਟਾਇਰ ਆ ਬਾਇਕ ਵਾਲੇ ਜੀ। ਫਰੰਟ ਵਾਲੇ ਟਾਇਰਾਂ ਦੀ ਗੱਲ ਕਰੀਏ ਤਾਂ ਉਹ ਵੀ ਪਏ 60-65 ਪੈਸੇ ਦੇ ਕਰੀਬ। ਅਤੇ ਸਪੀਕਰ ਦੇਖੋ ਬਾਈ ਤੁਸੀਂ ਕਿੰਨੇ ਘੈਂਟ ਲੱਗੇ ਹੋਏ, ਨਿੱਕੇ ਜਿਹੇ ਸਪੀਕਰ ਆ। ਐਂ ਬਾਇਕ ਸਾਈਡ 'ਤੇ ਦੇਖਣ 'ਚ ਕੋਈ ਵੀ ਦਿੱਕਤ ਨਹੀਂ ਆਉਂਦੀ, ਜੇ ਆਪਾਂ ਟਰੈਕਟਰ ਚਲਾ ਰਹੇ ਹਾਂ ਵੀ ਬਾਇਕ ਸਾਈਡ ਆਪਾਂ ਨੂੰ ਦਿਖੇ ਨਾ। ਇਹ 2,75,000 ਰੁਪਇਆ ਡਿਮਾਂਡ ਰੱਖੀ ਗਈ ਆ। ਅੱਗੇ ਆ ਗਿਆ ਜੀ ਫਾਰਮਟ੍ਰੈਕ 60 ਪੰਜਾਬ ਨੰਬਰ ਆ। 99 ਮਾਡਲ ਆ। 2,05,000 ਡਿਮਾਂਡ ਆ। ਡਬਲ ਕਲੱਚ ਆ, ਪੰਜਾਬ ਨੰਬਰ ਆ। ਟਾਇਰਾਂ ਦੀ ਜੇ ਗੱਲ ਕਰੀਏ ਜੀ, ਟਾਇਰ ਚੌਕੜਾ ਪਿਆ ਜੀ 35 ਪੈਸੇ ਦੇ ਕਰੀਬ।
ਅੱਗੇ ਆ ਗਿਆ ਜੀ ਸਵਰਾ 744 2002 ਮਾਡਲ ਆ, 2,65,000 ਰੁਪਇਆ ਡਿਮਾਂਡ ਆ, ਡਬਲ ਕਲੱਚ ਆ। ਟਾਇਰਾਂ ਦੀ ਗੱਲ ਕਰੀਏ ਤਾਂ ਗੁਡੀਅਰ ਦੇ ਟਾਇਰ ਆ ਬਨੈਟ ਵਾਲੇ ਬਾਈ ਜੀ, 70 ਪੈਸੇ ਦੇ ਕਰੀਬ। ਬਾਈਕ ਵਾਲੇ ਹੈਗੇ BKT ਦੇ 1300-1828 ਵਾਲੇ, 80-90 ਪੈਸੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਆ। ਸਿੰਗਲ ਸਟਾਰ ਆ ਗਿਆ, 2,65,000 ਡਿਮਾਂਡ ਆ, ਹਰਿਆਣਾ ਨੰਬਰ ਆ। ਅੱਗੇ ਆ ਗਿਆ ਜੀ ਫਾਰਮ ਟਰੈਕ 60/97 ਮਾਡਲ, 1,75,000 ਡਿਮਾਂਡ ਆ, ਪੰਜਾਬ ਨੰਬਰ ਆ। ਫਰੰਟ ਵਾਲੇ ਟਾਇਰ ਹੈਗੇ ਬਿਲਕੁਲ ਨਵੇਂ ਬਾਈ ਜੀ, ਬਾਈਕ ਵਾਲੇ ਪੋਲੋ ਦੇ ਹੈਗੇ ਜੀ, 30-35 ਪੈਸੇ ਦੇ ਕਰੀਬ, ਅਤੇ 1,75,000 ਡਿਮਾਂਡ ਆ। ਅੱਗੇ ਆ ਗਿਆ ਸਵਰਾਜ 855-3 star 2009 ਮਾਡਲ, 3,45,000 ਰੁਪਇਆ ਡਿਮਾਂਡ ਰੱਖੀ ਹੈ ਬਾਈ ਜੀ। ਟਾਇਰਾਂ ਦੀ ਜੇ ਗੱਲ ਕਰੀਏ ਜੀ, ਚੌਕੜਾ ਟਾਇਰਾਂ ਦਾ ਪਿਆ ਜੀ 60-65 ਪੈਸੇ ਦੇ ਕਰੀਬ, ਅਤੇ ਇਹਦਾ ਮਾਡਲ ਹੈਗਾ ਜੀ 2009, 3,45,000 ਡਿਮਾਂਡ ਆ। ਅਤੇ ਸਾਹਮਣੇ ਆ ਗਿਆ ਜੀ ਫਾਰਮ ਟਰੈਕ 60 2006 ਮਾਡਲ, ਡਬਲ ਕਲੱਚ, 2,75,000 ਰੁਪਇਆ ਡਿਮਾਂਡ ਰੱਖੀ ਗਈ ਆ। ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ, ਫਰੰਟ ਵਾਲੇ ਟਾਇਰ ਪਿਆ ਜੀ 50-60 ਪੈਸੇ ਦੇ ਕਰੀਬ, ਬਾਈਕ ਵਾਲੇ ਵੀ ਪਏ ਆ ਜੀ 60-70 ਪੈਸੇ ਦੇ ਕਰੀਬ। ਗੁਡੀਅਰ ਦੇ ਟਾਇਰ ਆ 14/9/28 ਵਾਲੇ ਬਾਈਕ ਵਾਲੇ, ਅਤੇ ਪੰਜਾਬ ਨੰਬਰ 'ਚ ਆ ਗਿਆ ਬਾਈ ਜੀ। ਮਗਰਾਟ ਮਗਰੂਟ ਪੂਰੇ ਓਕੇ ਰਿਪੋਰਟਾਂ 'ਚ ਪਿਆ। ਅੱਗੇ ਆ ਗਿਆ ਫਾਰਮ ਟਰੈਕ 50 ਦਾ, ਇਹ ਆ ਗਿਆ 98 ਮਾਡਲ, 1,45,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ ਆ। ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਆ, ਬਾਈਕ ਵਾਲੇ ਟਾਇਰ ਪਏ ਜੀ 25-30 ਪੈਸੇ ਦੇ ਕਰੀਬ। ਅਤੇ ਅੱਗੇ ਆ ਗਿਆ ਫਾਰਮ ਟਰੈਕ 65 EPI 2009 ਮਾਡਲ ਆ, 3,45,000 ਰੁਪਇਆ ਡਿਮਾਂਡ ਆ, ਨੰਬਰ ਪੰਜਾਬ ਆ। ਅਤੇ ਟਾਇਰਾਂ ਦੀ ਗੱਲ ਕਰੀਏ ਤਾਂ ਬਾਈਕ ਵਾਲੇ ਟਾਇਰ ਹੈਗੇ ਆ ਜੀ ਗੁਡੀਅਰ ਦੇ, ਟਾਇਰਾਂ ਦੀ ਕੰਡੀਸ਼ਨ ਹੈ ਜੀ 65-70 ਪੈਸੇ। ਫਰੰਟ ਵਾਲੇ ਟਾਇਰ ਸੀਟ ਦੇ ਆ ਗਏ ਜੀ, 65-70 ਪੈਸੇ ਕੰਡੀਸ਼ਨ ਇਹਨਾਂ ਦੀ ਆ। ਬਾਈਕ ਵਾਲੇ ਟਾਇਰ 16/28 ਵਾਲੇ। ਅਤੇ ਅੱਗੇ ਆ ਗਿਆ ਫਾਰਮ ਟਰੈਕ 60/55 2014 ਮਾਡਲ ਆ, 4,75,000 ਰੁਪਇਆ ਡਿਮਾਂਡ ਆ, ਪ੍ਰੈਸ਼ਰ ਕਟਾਈ 'ਤੇ ਆ ਗਿਆ ਬਾਈ ਜੀ। ਟਾਇਰਾਂ ਦੀ ਗੱਲ ਕਰੀਏ ਤਾਂ ਫਰੰਟ ਵਾਲੇ ਟਾਇਰ ਹੈਗੇ ਆ ਜੀ ਅਪੋਲੋ ਦੇ, 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਫਰੰਟ ਵਾਲਿਆਂ ਦੀ। ਬਾਈਕ ਵਾਲੇ ਟਾਇਰ ਗੁਡੀਅਰ ਦੇ ਆ ਗਏ ਜੀ, 90 ਪੈਸੇ ਇਹਨਾਂ ਦੀ ਕੰਡੀਸ਼ਨ ਹੈ ਜੀ। ਕੋਕਾ ਰਿਪੋਰਟ ਆ ਟਰੈਕਟਰ ਦੀ। ਮਾਡਲ ਅਤੇ ਰੇਟ ਦੀ ਗੱਲ ਕਰੀਏ, 2014 ਮਾਡਲ ਆ, 4,75,000 ਰੁਪਇਆ ਡਿਮਾਂਡ ਆ, ਧੱਕੇ ਵਾਲਾ ਬੰਪਰ ਲੱਗਿਆ ਹੋਇਆ, ਅਤੇ ਸਕਰੀਨ ਉੱਪਰ ਨੰਬਰ ਚੱਲ ਰਿਹਾ ਬਾਈ ਜੀ। ਟਰੈਕਟਰਾਂ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਨੂੰ ਕੰਟੈਕਟ ਕਰ ਲਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਵੀ ਚੈਨਲ 'ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਬਾਈ ਜੀ।